हेलो 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 माइक टेस्टिंग, हेलो माइक टेस्टिंग, मेरा लाउड स्पीकर वाला दोस्त है, ये आवाज बताएगी ना। हाँ जी भाई, सत्कार योग नगर निवासियों ते बाहरले पिंडा तो आए सज्जनों, तुहानू याद होएगा कि काफ़ी चिर पहला इसे जगह तुहाडे पिंड विच बीबी रणजीत कौर और मुहम्मद सदीक होरां ने अखाड़ा लाया सी। तो इस अखाड़े का हिज मास्टर वैस कंपनी वाले ने रिकॉर्ड बनाया सीगा। अज वो जो कलाकार तुहाडे विचकार पुजे हुए ने ते अपना प्रोग्राम पेश करनगे। भाई बाकी भाई दोस्तों, आ प्रोग्राम शुरू करन तो पहला मैं कैसे टेबर कार्डरां वाले सज्जनां के बेनती कर देवां कि अपनी मशीनों के बटन बंद कर लो। बाकी एक खुशखबरी दोस्तों तुहानू मैं दस दें कि अज जिहड़ा इह प्रोग्राम तुहाडे सामने पेश करना, इस प्रोग्राम का भी हिज मास्टर वैस कंपनी वाले रिकॉर्ड बनाउणगे। अपने बनेरा से वजदा सुने करोगे तो सो मैं बहुता समा थोड़े और कलाकारों का नहीं खड़ा रहना चाहता, और मैं बेनती करांगा और थोड़े सामने आ रहे हैं मुहम्मद सदीक। परम सत्कार योग दोस्तों, असी अपनी परंपरा के अनुसार अज का प्रोग्राम एक धार्मिक गीत तो शुरू करते हैं। यह धार्मिक गीत दसवें पातशाह श्री गुरु गोबिंद सिंह जी महाराज के वल एक स्नेहा है, ते पेश कर रहे ने तुहाडी जानी पछाणी आवाज, तुसी जान दईओ। जावो नी जावो सईओ, शरदा नाल जाके कईओ, जावो नी जावो सईओ, शरदा नाल जाके कईओ, देवो संदेशा ਤੁਸੀਂ ਬੜੀ ਸ਼ਰਧਾ ਤੇ ਪਿਆਰ ਦੇ ਨਾਲ ਬੀਬੀ ਰਣਜੀਤ ਕੌਰ ਤੋਂ ਧਾਰਮਿਕ ਗੀਤ ਸੁਣਿਆ, ਤੇ ਹੁਣ ਮੇਰੇ ਪਿਆਰੇ ਭਾਈਓ, ਦਰੀਆਂ ਤੇ ਬੈਠੇ ਬੱਚਿਓ ਤੇ ਬਨੇਰਿਆਂ ਤੇ ਬੈਠੇ ਬੀਬੀਓ ਮਾਈਓ, ਆਓ ਦੂਰ ਤੂਤਾਂ ਥੱਲੇ ਬੈਠੇ ਡੱਟ ਖੋਲ ਕੇ ਮੇਰੇ ਭਾਈਓ, ਹੁਣ ਲੋਕਾਂ ਨੂੰ ਤੁਹਾਡੇ ਬਰਾਬਰ ਦਾ ਕਰਨ ਵਾਸਤੇ ਮੈਂ ਤੇ ਬੀਬੀ ਰਣਜੀਤ ਕੌਰ ਇੱਕ ਦੁਗਾਣਾ ਪੇਸ਼ ਕਰਨ ਲੱਗੇ ਹਾਂ। ਸੁਣੋ ਸੁਣੋ ਸੁਣੋ, ਇਹਦੇ ਬੋਲ ਨੇ ਤੇਰਾ ਲੱਕ ਪਤਲਾ ਹੁਲਾਰੇ ਖਾਂਦਾ ਚਰੀ ਦਾ ਟੰਡਾ। ਵਲ ਖਾ ਕੇ ਤੁਰਦੀ ਏ ਨੀ ਨਾਲੇ ਸੰਭਲ ਸੰਭਲ ਪੱਬ ਤਰਦੀ, ਸੁਣ ਅੱਲੜ ਕੁੜੀਏ ਨੀ ਸਰੋਂ ਦੀ ਗੰਦਲੇ ਤੂਤ ਦੀ ਛਟੀਏ ਜਵਾਂ ਲੱਕ ਪਤਲਾ ਚਰੀ ਦਾ ਟਾਂਡਾ ਟੁੱਟਣ ਤੋਂ ਡਰਦੀ। ਵਲ ਖਾ ਕੇ ਤੁਰਦੀ ਏ ਨੀ ਨਾਲੇ ਸੰਭਲ ਸੰਭਲ ਪੱਬ ਤਰਦੀ, ਮੈਨੂੰ ਮਾਰ ਮੁਕਾ ਗਿਆ ਵੇ ਅੱਖਾਂ ਦਾ ਕਜਲਾ ਧਾਉਣ ਦੀ ਜਾਨੀ ਮਾਰ ਕੇ ਸੁੱਟ ਗਿਆ ਹਾਣ ਦਾ ਗੱਭਰੂ ਦੀ।
ਰੰਗ ਸੂਹਾ ਸੁਰਖ ਗੁਲਾਲ ਕੁੜੇ ਏ ਮਿਲਦਾ ਕਿਸਮਤ ਨਾਲ ਕੁੜੇ ਰੰਗ ਸੂਹਾ ਸੁਰਖ ਬੁਲਾਲ ਕੁੜੇ ਏ ਮਿਲਦਾ ਕਿਸਮਤ ਨਾਲ ਕੁੜੇ ਤੇਰਾ ਮੂੰਹ ਪੁੰਨਿਆਂ ਦੇ ਚੰਨ ਵਰਗਾ ਤੇਰੇ ਮੱਸਿਆ ਵਰਗੇ ਵਾਲ ਕੁੜੇ ਕੀ ਪਰੀਏ ਹੁਸਨ ਦੀਏ ਭੂਤ ਦੀ ਲਗਰੇ ਤੇਰਾ ਲੱਕ ਪਤਲਾ ਹੋਲਾ ਰੇ ਖਾਂਦਾ ਚਰੀਦਾ ਟਾਂਡਾ ਟੁੱਟਣ ਤੋਂ ਡਰਦੀ ਵਲ ਖਾ ਕੇ ਤੁਰਦੀ ਏ ਨਿਨਾਲੇ ਸੰਭਲ ਸੰਭਲ ਪਬ ਤਰਦੀ ਕਹਿਰ ਕਮਾਵਣਗੇ ਨੀ ਤੇਰੇ ਨੀਲੇ ਨੈਣ ਨਸ਼ੀਲੇ ਤੇਰੀ ਝਾਂਜਰ ਦੀ ਛਣਕਾਰ ਕੁੜੇ ਤੇਰੀ ਵੰਗਾ ਦੀ ਟੁਣਕਾਰ ਕੁੜੇ ਤੇਰੀ ਝਾਂਜਰ ਦੀ ਛਣਕਾਰ ਕੁੜੇ ਤੇਰੀ ਵੰਗਾਂ ਦੀ ਟੁਣਕਾਰ ਕੁੜੇ ਕੋਈ ਤੇਰੇ ਵਰਗੀ ਨਹੀਂ ਹੋਣੀ ਹੋ ਸਕਦੀ ਹੀਰ ਹਜ਼ਾਰ ਕੁੜੇ ਤੇਰੀ ਛਮ ਛਮ ਤੁਰਦੀ ਦੀ ਰਾਇਰ ਨੇ ਹਿੱਕ ਤੇ ਜ਼ੰਜੀਰੀ ਛਣ ਕੇ ਅਰਸ਼ ਦੀ ਪਰੀ ਹੱਥਾਂ ਚੋਂ ਉੱਡ ਗਈ ਕਬੂਤਰ ਬਣ ਕੇ ਤੇਰੀ ਛਮ ਛਮ ਤੁਰਦੀ ਦੀ ਰਾਇਰ ਨੇ ਹਿੱਕ ਤੇ ਜ਼ੰਜੀਰੀ ਛਣ ਕੇ ਉਡੇ ਡੋਰੀਏ ਨੀ ਜਿਵੇਂ ਕੋਈ ਪੀਂਗ ਪਈ ਅਸਮਾਨੀ ਤੇਰਾ ਉਡੇ ਡੋਰੀਆ ਨੀ ਜਿਵੇਂ ਕੋਈ ਪੀਂਗ ਪਈ ਅਸਮਾਨੀ ਇਹਦੇ ਨਾਲ ਹੀ ਲੱਗਦਾ ਇੱਕ ਗੀਤ ਹੋਰ ਸੁਣੋ ਜੇਠ ਸਾਡੇ ਸਮਾਜ ਦਾ ਇੱਕ ਉਹ ਪਾਤਰ ਹੈ ਜੇ ਵਿਚਾਰਾ ਕਦੇ ਹੱਸਦਾ ਹੱਸਦਾ ਅੰਦਰੋਂ ਬਾਹਰ ਨਿਕਲੇ ਤਾਂ ਲੋਕ ਇੱਕ ਦੂਜੇ ਨੂੰ ਕੂਣੀਆਂ ਮਾਰਦੇ ਨੇ ਬਈ ਯਾਰ ਦਾਲ 'ਚ ਕੁਝ ਕਾਲਾ ਹੈ ਤੇ ਕਈ ਤਾਂ ਇਹ ਆਖ ਦਿੰਦੇ ਨੇ ਉਹ ਦਾਲ 'ਚ ਕਾਲਾ ਕੀ ਹੈ ਸਾਰੀ ਦਾਲ ਹੀ ਕਾਲੀ ਹੈ ਲਾ ਸੁਣੋ 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 ਇੱਕ ਜੇਠ ਵਿਚਾਰਾ ਪਿਛਲੀ ਉਮਰੇ ਹਸਪਤਾਲ ਦੇ ਵਿੱਚੋਂ ਅੱਖਾਂ ਬਣਵਾ ਕੇ ਆਇਆ ਐਨਕ ਲੱਗੀ ਹੋਈ ਹੈ ਸਾਈਕਲ 'ਤੇ ਚੜ੍ਹਿਆ ਆਉਂਦਾ ਅਤੇ ਗਰਦਨ ਪਾ ਕੇ ਪਿੱਛੇ ਭਰਜਾਈ ਨੂੰ ਦੇਖਣ ਲੱਗਾ ਧਰਮ ਦੇ ਕੇ ਜਾਗ ਰਿਹਾ ਅਤੇ ਸੁਣੋ ਭਰਜਾਈ ਕੀ ਕਹਿੰਦੀ ਹੈ ਅਤੇ ਅੱਗੋਂ ਵਿਚਾਰਾ ਕੀ ਜਵਾਬ ਦਿੰਦਾ ਹਾਂਜੀ ਮਾਸਟਰ ਜੀ ਤਿਆਰ ਹੋ ਵਨ ਟੂ ਥ੍ਰੀ ਫੋਰ ਹੋਏ ਨਰਾਤਾ ਦੂਜਾ ਸਾਈਕਲ ਬਿਨਾ ਬਰੇਕ ਇੱਕ ਤਾਂ ਹੋਏ ਨਰਾਤਾ ਦੂਜਾ ਸਾਈਕਲ ਬਿਨਾ ਬਰੇਕ ਨੀ ਮੈਂ ਅੱਧੋਂ ਬਹੁਤਾ ਅੰਨਾ ਨਾ ਔਖੀ ਸੌਖੀ ਵੇਖ ਨੀ ਮੈਂ ਅੱਧੋਂ ਬਹੁਤਾ ਅੰਨਾ ਨਾ ਔਖੀ ਸੌਖੀ ਵੇਖ ਚੋਰ ਨਾਲੇ ਚਤਰਾਈ ਉਲਟਾ ਵਲਦਾ ਵੇ ਅੱਗਾ ਕਲਾ ਬਾਜ਼ੀਆਂ ਖਾ ਗਿਆ ਧੌਣ ਪਵਾ ਕੇ ਚੱਕਣ ਲੱਗਾ ਕਲਾ ਬਾਜ਼ੀਆਂ ਖਾ ਗਿਆ ਧੌਣ ਪਵਾ ਕੇ ਚੱਕਣ ਲੱਗਾ ਹੱਡ ਪਸਲੀਆਂ ਰੋਟਣੀਆਂ ਮੈਂ ਕਈ ਖਾ ਗਿਆ ਹੋਸ਼ ਨਾ ਰਹੀ ਟਿਕਾਣੇ ਨਕਲੀ ਦੰਦ ਗੁਆਲੇ ਸਹੁਰੇ ਲੈ ਗਏ ਚੁੱਕ ਨਿਆਣੇ ਇੱਕ ਐਨਕ ਦਾ ਸ਼ੀਸ਼ਾ ਹੈ ਨੀ ਕੁਝ ਸਾਈਕਲ ਦੇ ਪੇਚ ਨੀ ਮੈਂ ਅੱਧੋਂ ਬਹੁਤਾ ਅੰਨਾ ਨਾ ਔਖੀ ਸੌਖੀ ਵੇਖ ਨੀ ਮੈਂ ਅੱਧੋਂ ਬਹੁਤਾ ਅੰਨਾ ਨਾ ਔਖੀ ਸੌਖੀ ਵੇਖ ਮੈਂ ਹੀ ਬਚ ਗਈ ਤੂੰ ਤਾਂ ਕੋਈ ਕਸਰ ਨਹੀਂ ਸੀ ਛੱਡੀ ਮੋੜ ਤੇ ਆ ਕੇ ਆਪੇ ਆਪਣੀ ਪਾਸ ਮਾਰ ਲਈ ਗੱਡੀ ਮੋੜ ਤੇ ਆ ਕੇ ਆਪੇ ਆਪਣੀ ਪਾਸ ਮਾਰ ਲਈ ਗੱਡੀ ਮੌਤ ਦੇ ਮੂੰਹ ਚੋਂ ਬਚ ਗਿਆ ਤੇਰੇ ਅਜੇ ਵੀ ਚੰਗੇ ਲੇਖ ਨੀ ਮੈਂ ਕਿੱਦਾਂ ਕੁੰਡੇ ਕੱਟਾਂ ਨਾ ਕੰਘੂਰਾ ਮਾਰੇ ਜੇਠ ਨੀ ਮੈਂ ਕਿੱਦਾਂ ਕੁੰਡੇ ਕੱਟਾਂ ਨਾ ਕੰਘੂਰਾ ਮਾਰੇ ਜੇਠ
अज दे बचे बड़ा चिर हुण नहीं मौत दे काबू आउंदे इक गल पक्की हुण नहीं साइकिल इन्ना तेज चलाउंदे अजे ता मेरी तली दे आले वेख ब्यादी रेख नी मैं अगों बहुता अन्ना ना औखी सौखी वेख नी मैं अगों बहुता अन्ना ना औखी सौखी वेख ए गल भुलिया कौन तू किथे किथे चोगा पाउंदा की दे न्याणियां नू तू गिरी छुआरे खवाउंदा ए केड़ी कलहणी दस गई तैनू की दे न्याणियां नू तू गिरी छुआरे खवाउंदा खूब सोच ना वरते पण के ने बुड्ढा शेख ए मैं किद्दा किद्दा कुंडे कट्टा ना खंगूरा मारे देख नी मैं किद्दा कुंडे कट्टा ना खंगूरा मारे देख सच पुछे ता मान मराणा वाले दा की ओला औरे केड़े वेले केड़ी गेंद नु लग जाए टोला एक गल पुछा ए दस पुछ एक गल पुछा अ पुछ भी पता गल ये है कि 12 महीने विचो एक महीना जेठ दा हुंदा हुंदा फिर तू साडे वास्ते की सोचया एक गल पुछा ਇੱਕ ਗੱਲ ਪੁੱਛਾਂ ਦੰਦਾਂ ਵਿੱਚ ਆ ਕਦੋਂ ਲਵਾਈ ਮੇਕ ਨੀ ਮੈਂ ਅੱਧੋਂ ਬਹੁਤਾ ਅੰਨਾ ਨਾ ਔਖੀ ਸੌਖੀ ਵੇਖ ਮੈਂ ਕਿੱਦਾਂ ਕੁੰਡੇ ਕੱਟਾ ਨਾ ਖੰਗੂਰਾ ਮਾਰੇ ਦੇਖ ਨੀ ਮੈਂ ਅੱਧੋਂ ਬਹੁਤਾ ਅੰਨਾ ਨੀ ਮੈਂ ਖੰਗੂਰਾ ਮਾਰੇ ਦੇਖ ਨੀ ਮੈਂ ਅੱਧੋਂ ਬਹੁਤਾ ਅੰਨਾ ਨੀ ਨਾ ਔਖੀ ਸੌਖੀ ਵੇਖ ਅੱਧੋਂ ਬਹੁਤਾ ਅੰਨਾ ਨੀ ਨਾ ਔਖੀ ਹਾਂ ਬਈ ਦੋਸਤੋ ਤੁਸੀਂ ਮੁਹੰਮਦ ਸਦੀਕ ਔਰ ਰਣਜੀਤ ਕਰਹੋਰਾ ਤੋਂ ਬੜੇ ਪਿਆਰੇ ਗਾਣੇ ਸੁਣ ਰਹੇ ਸੀ ਇਹ ਤੁਹਾਡੀ ਰੂਹ ਖੁਸ਼ ਕਰਨ ਵਾਸਤੇ ਇਹਨਾਂ ਕੋਲ ਹੋਰ ਵੀ ਬੜਾ ਮਸਾਲਾ ਇਹ ਤੁਹਾਨੂੰ ਗਾਣੇ ਸੁਣਾਉਂਦੇ ਰਹਿਣਗੇ ਪਰ ਮਿੱਤਰੋ ਮੈਨੂੰ ਇੱਕ ਹੁਕਮ ਹੋਇਆ ਕਿ ਮੈਂ ਤੁਹਾਡੇ ਸਾਹਮਣੇ ਇਹ ਦੱਸ ਦੇਵਾਂ ਕਿ ਜਿਹੜਾ ਪਿਛਲਾ ਰਿਕਾਰਡ ਸੀ ਮੁਹੰਮਦ ਸਦੀਕ ਔਰ ਰਣਜੀਤ ਕੌਰ ਹੋਰਾਂ ਦਾ ਅਖਾੜਾ ਉਹ ਤੁਸੀਂ ਕਿੱਥੋਂ ਔਰ ਕਿਹਦੋਂ ਜ਼ਿਆਦਾ ਖਰੀਦਿਆ ਵੀ ਸੱਜਣਾਂ ਜੇ ਸਾਰੇ ਨਾਂ ਲਵਾਂ 19-21 ਦੇ ਫਰਕਲਾਂ ਦਾ ਲਿਸਟ ਬਹੁਤ ਲੰਬੀ ਬਣ ਜਾਏਗੀ ਮੈਂ ਸਿਰਫ 5 ਸੱਜਣਾਂ ਦੇ ਨਾਂ ਬੋਲ ਦਿਆਂਗਾ ਜਿਹੜੇ ਉੱਪਰਲੇ ਨੰਬਰ 'ਤੇ ਹਨ ਅਤੇ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਜਦੋਂ ਮੈਂ ਇਹਨਾਂ ਦਾ ਨਾਂ ਬੋਲਾਂ ਤਾਂ ਤਾਲੀ ਜ਼ਰੂਰ ਮਾਰ ਦੇਣੀ ਤਾਂ ਮੈਂ 5ਵੇਂ ਨੰਬਰ ਦਾ ਨਾਂ ਬੋਲਾਂਗਾ ਉਹ ਹਨ ਬਠਿੰਡੇ ਵਾਲੇ ਸਰੀਨ ਬ੍ਰਦਰਸ ਹਾਂਜੀ ਅਤੇ ਇਹਨਾਂ ਦਾ ਉਤਲਾ ਨੰਬਰ ਯਾਨੀ ਕਿ 4 ਨੰਬਰ ਸ੍ਰੀ ਜੀ ਐੱਸ ਅਰੋੜਾ ਮੁਕਤਸਰ ਵਾਲੇ ਲੋ ਤਾਲੀ ਥੋੜ੍ਹਾ ਜਿਹਾ ਵਧਾਉਂਦੇ ਜਾਣਾ ਵੀ ਦੋਸਤੋ ਕਿਉਂਕਿ ਹੁਣ ਆ ਰਿਹਾ ਤੀਜਾ ਨੰਬਰ ਆ ਜਲੰਧਰ ਵਾਲੇ ਸਾਹਨੀ ਰੇਡੀਓਜ਼ ਵਾਲਿਆਂ ਦਾ ਹਾਂਜੀ ਅਤੇ ਹੁਣ 2 ਨੰਬਰ ਵਿੱਚ ਤੁਸੀਂ ਨਾਜਾ ਲਓ ਕੌਣ ਹੋਏਗਾ ਉਹ ਹਨ ਸੇਠੀ ਗ੍ਰੈਮੋਫੋਨ ਹਾਊਸ ਅੰਮ੍ਰਿਤਸਰ ਵਾਲੇ ਲੈ ਵੀ ਦੋਸਤੋ ਹੁਣ ਤੁਸੀਂ ਸਾਰਿਆਂ ਨੇ ਤਾੜੀਆਂ ਮਾਰਨੀਆਂ ਕਿਉਂਕਿ ਉਹਨਾਂ ਦਾ ਨਾਮ ਆ ਰਿਹਾ ਜਿਨ੍ਹਾਂ ਦੀ ਦੁਕਾਨ ਤੋਂ ਤੁਸੀਂ ਸਭ ਤੋਂ ਜ਼ਿਆਦਾ ਉਹ ਅਖਾੜਾ ਖਰੀਦਿਆ ਸੀ ਔਰ ਉਹ ਹਨ ਲੁਧਿਆਣਾ ਦੇ ਸ਼੍ਰੀ ਗੁਪਤਾ ਜੀ ਬਈ ਦੋਸਤੋ ਤੁਹਾਡੀ ਬਹੁਤ ਮਿਹਰਬਾਨੀ ਅਤੇ ਲਓ ਹੁਣ ਤੁਹਾਡੇ ਸਾਹਮਣੇ ਆ ਰਹੇ ਨੇ ਮੁਹੰਮਦ ਸਦੀਕ ਮੈਨੂੰ ਤੇਰਾ ਸਾਰੇ ਦੁੱਖ ਭੁੱਲ ਜਾਣਗੇ